ਅੱਜ ਕਸਬਾ ਡੇਰਾ ਬਾਬਾ ਨਾਨਕ ਵਿਖੇ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਨੇ ਆਪਣੇ ਸਾਥੀਆਂ ਸਮੇਤ ਕਰਤਾਰਪੁਰ ਦਰਸ਼ਨ ਸਥਲ ਤੇ ਪਹੁੰਚ ਕੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ। ਇਸ ਮੌਕੇ ਕਾਂਗਰਸੀ ਆਗੂ ਮੁਨੀਸ਼ ਮਹਾਜਨ ਉਨ੍ਹਾਂ ਦੇ ਨਾਲ ਸਨ। ਸਰਹੱਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ, ਮੈਂ ਸ਼ੁਕਰਾਨਾ ਕਰਨਾ ਹੱਥ ਪਰੇ ਕਰੋ ਭਾਜੀ, ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਆਪਾਂ ਇਹ ਜਿਹੜੀ ਇੱਥੋਂ ਦੀ ਆਵਾਜ਼ ਸੀ ਉਹ ਲੋਕ ਸਭਾ 'ਚ ਲੈ ਕੇ ਗਏ, ਔਰ ਇਹ ਇਲਾਕੇ ਦੇ ਲੋਕ ਜਾਣਦੇ ਕਿ ਕਮੇਟੀ ਸਾਰੀ ਜਿਹੜੀ ਸੀ ਪਾਰਲੀਮੈਂਟਰੀ ਕਮੇਟੀ ਜਾਂ ਸਟੈਂਡਿੰਗ ਕਮੇਟੀ ਜਿਹੜੀ ਆ ਉਹਨਾਂ ਐਕਸਟਰਨਲ ਅਫੇਅਰ ਆ, ਐਕਸਟਰਨਲ ਅਫੇਅਰ ਉਹਦੀ ਪਹਿਲੀ ਵਿਜਿਟ ਜਿਹੜੀ ਸੀ ਅੰਮ੍ਰਿਤਸਰ ਤੋਂ ਬਾਅਦ ਇੱਥੇ ਡੇਰਾ ਬਾਬਾ ਨਾਨਕ ਰੱਖੀ, ਔਰ ਸਾਰੇ ਇੱਥੇ ਸ਼ਸ਼ੀ ਥਰੂਰ ਹੋਣੀ, ਅਮਰ ਸਿੰਘ ਹੋਣੀ, ਸਾਰੇ ਤਕਰੀਬਨ ਸਾਡੇ 8-9 MP ਇੱਥੇ ਆਏ ਸੀ, ਅਲੱਗ ਅਲੱਗ ਪਾਰਟੀਆਂ ਹੁੰਦੇ ਆ, ਔਰ ਉਹਦੀ ਰਿਪੋਰਟ ਦੇ ਵਿੱਚ ਬਕਾਇਦਾ ਇਹ ਮੈਂਸ਼ਨ ਕੀਤਾ ਗਿਆ ਕਿ 5.5 ਸਾਲ ਵਾਲੇ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਕੋਰੀਡੋਰ ਆ ਇਹ ਖੋਲ੍ਹਣ ਲਈ ਸਹਿਮਤ ਹੋਣੀ ਚਾਹੀਦੀ ਹੈ। ਸਰਕਾਰ ਕਮੇਟੀ ਨੇ ਇਹਦੇ ਵਾਸਤੇ ਜਿਹੜੀ ਰਿਕੁਐਸਟ ਸੀ ਉਹ ਸਰਕਾਰ ਨੂੰ ਭੇਜੀ ਸੀ। ਇੱਕ ਔਜਲਾ ਸਾਹਿਬ ਅੱਜ ਦੌੜ ਲੱਗੀ ਹੋਈ ਆ ਕੈਨੇਡਾ ਲੈਣ ਦੀ, ਭਾਵੇਂ ਕਿ ਉਹ ਕੋਈ ਵੀ ਪਾਰਟੀ ਹੋਵੇ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਦੇਖੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿਹੜੀ ਰਾਜਨੀਤੀ ਕਰਨੀ ਉਹਨੇ ਆਪਣੀ ਗੱਲ ਤੇ ਕਰਨੀ ਹੈ ਇਸ ਕੰਮ ਦੇ ਵਿੱਚ, ਕਿਉਂਕਿ ਰਾਜਨੀਤੀ ਹੈ ਹੀ ਸੇਵਾ ਦਾ ਕੰਮ ਹੈ, ਔਰ ਸੇਵਾ ਤੋਂ ਉੱਪਰ ਜੇ ਕ੍ਰੈਡਿਟ ਦੀ ਗੱਲ ਹੁੰਦੀ ਉਹ ਪਰਮਾਤਮਾ ਜਾਣਦਾ ਹੈ ਕਿੰਨੇ ਕਿੰਨਾ ਕੀਤਾ ਕਿੰਨੇ ਕਿੰਨਾ ਨਹੀਂ ਕੀਤਾ। ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ, ਸਾਰੀਆਂ ਪਾਰਟੀਆਂ ਦਾ ਸ਼ੁਕਰਾਨਾ ਕਰਦਾ। ਹੁਣ ਕ੍ਰੈਡਿਟ ਦੀ ਗੱਲ ਕਰੀਏ, ਜੇ ਕ੍ਰੈਡਿਟ ਲੈਣ ਦੀ ਗੱਲ ਕਰਦੇ, ਹੁਣ ਕੈਪਟਨ ਅਮਰਿੰਦਰ ਸਿੰਘ ਆਪਣੇ ਮਾਜੂਕ ਮੰਤਰੀ ਸਾਹਿਬ ਉਹਨਾਂ ਦੇ ਜਿਹੜੇ ਦਾਦੇ ਸੀ ਉਹਨਾਂ ਨੂੰ ਜਦੋਂ ਢਾਲ ਲੱਗੀ ਸੀ ਗੁਰੂ ਘਰ 1932 ਦੇ ਵਿੱਚ ਉਹਨਾਂ ਨੇ ਸੇਵਾ ਕਰਾਈ, ਫਿਰ 500 ਸਾਲਾਂ ਉਹਨਾਂ ਦੇ ਹਿੱਸੇ ਆਏ, ਉਹਨਾਂ ਦੇ ਫਾਦਰ ਸਾਹਿਬ ਨੇ ਸੇਵਾ ਕਰਾਈ, ਹੁਣ 550 ਸਾਲਾਂ ਸੀ ਐਮ ਕੈਪਟਨ ਅਮਰਿੰਦਰ ਸਿੰਘ ਦੇ ਹਿੱਸੇ ਆ, ਕ੍ਰੈਡਿਟ ਆਪਾਂ ਇਹ ਕਹਿ ਸਕਦੇ ਉਹਨਾਂ ਨੂੰ ਜਾਂਦਾ, ਪਰ ਪਰਮਾਤਮਾ ਨੇ ਉਹਨਾਂ ਦੀ ਵੀ ਬਖਸ਼ਿਸ਼ ਬਹੁਤ ਵੱਡੀ ਰੱਖੀ ਹੈ ਕਿ ਉਹਨਾਂ ਦੇ ਉੱਪਰ ਸਾਰੇ ਕਾਰਜ ਹੋਏ ਆ। ਸੋ ਕ੍ਰੈਡਿਟ ਨਹੀਂ, ਆਪਾਂ ਸਾਰੇ ਦਾ ਥੈਂਕਸ ਕਰਦੇ ਹਾਂ, ਇਹ ਜ਼ਿੰਮੇਵਾਰੀ ਬਣਦੀ ਗੁਰੂ ਨਾਨਕ ਦੇ ਸਿੱਖ ਹੈ, ਚਾਹੇ ਪਾਰਟੀਆਂ ਜਿਹੜੀਆਂ ਮਰਜ਼ੀ ਨੇ, ਅਸੀਂ ਗੁਰੂ ਸਾਹਿਬ ਦੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਸਿੱਖਿਆਵਾਂ ਦੇ ਵਿੱਚ ਸਮੁੱਚੀ ਇਨਸਾਨੀਅਤ। ਹੋ ਸਕਦਾ ਕਈ ਉਹ ਵੀ ਬੰਦੇ ਹੋਣ ਜਿਹੜੇ ਤੁਹਾਨੂੰ ਦੇਖ ਨਹੀਂ ਰਹੇ, ਜਿਹਨਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਬਹੁਤ ਵੱਡਾ ਕੰਮ ਕੀਤਾ। ਸੋਮਵਾਰ ਦਾ ਪ੍ਰੋਗਰਾਮ ਹੈ, ਮਤਲਬ ਰਾਸ਼ਟਰਪਤੀ ਜੀ ਹੋਈ ਹੈ ਪ੍ਰੈਜੀਡੈਂਟ ਸਾਹਿਬ ਨੇ, ਔਰ ਮੇਰਾ ਖਿਆਲ ਕੁਛ ਚੇਂਜ ਦੇ ਹੈਗੇ ਸੀ ਅਫਸਰ ਤੇ ਉਹ ਆ ਗਿਆ ਸੀ। ਸਰਕਾਰ ਵੱਲੋਂ ਕੌਣ ਕੌਣ ਹੋਵੇਗਾ ਸੀ, ਔਰ ਸੀਐਮ ਸਾਹਿਬ ਸੀਐਮ ਸਾਹਿਬ ਦੀ ਕੈਬਨਿਟ ਮੀਟਿੰਗ ਹੋਵੇਗੀ, ਔਰ ਬਾਕੀ ਯੋਗ ਹੋਣਗੇ, ਔਰ ਸਭ ਤੋਂ ਵੱਡੀ ਜਿਹੜੀ ਜਿਹੜੇ ਅਰਦਾਸ ਬੇਨਤੀਆਂ ਕਰਦੇ ਗੁਰੂ ਸਾਹਿਬ ਅੱਗੇ ਰੋਜ਼ ਚੌਧਰੀ ਕਰਦੇ ਜਿਹੜੇ ਪਿਛਲੇ ਗੁਰਦੁਆਰਾ ਦੇ ਦਰਸ਼ਨ ਵਾਸਤੇ, ਉਹ ਵੀ ਸਾਰੀ ਸੰਗਤ ਮੈਂਟਲੀ ਤੌਰ ਤੇ ਹਾਜ਼ਰ ਹੋਏਗੀ ਉਸ ਦਿਨ, ਕਿਉਂਕਿ ਇਸ ਨੀਂਹ ਪੱਥਰ ਦੀ ਜਿਹੜਾ ਸ਼ਖਸ ਚਾਹੇ ਉਹ ਅਮਰੀਕਾ ਬੈਠਾ ਆ, ਚਾਹੇ ਉਹ ਇੱਥੇ ਬੈਠਾ, ਚਾਹੇ ਜਰਮਨ ਬੈਠਾ ਆ, ਚਾਹੇ ਪੰਜਾਬ ਦੇ ਕਿਸੇ ਕੋਨੇ, ਚਾਹੇ ਹਿੰਦੁਸਤਾਨ ਦੇ ਕਿਸੇ ਕੋਨੇ 'ਚ, ਜਿਹੜਾ ਵੀ ਉਹ ਨਿਗਾਹ ਰੱਖ ਰਿਹਾ ਸਮਝ ਲਓ ਉਹ ਉਸ ਦਿਨ ਹਾਜ਼ਰ ਹੈ। ਇੱਕ ਸਿੱਧੂ ਸਾਹਿਬ ਨੂੰ ਫਿਰ ਨਿਯੋਤਾ ਮਿਲਿਆ ਇਮਰਾਨ ਖਾਨ ਜੀ ਵੱਲੋਂ, ਕੀ ਕਿੱਦਾਂ ਸੋਚਦੇ? ਬਹੁਤ ਵਧੀਆ, ਚੰਗੀ ਗੱਲ ਆ, ਇਹ ਰਿਸ਼ਤੇ ਦੋਵਾਂ ਮੁਲਕਾਂ ਦੇ ਆਪਾਂ ਨੂੰ ਸੁਧਰਨੇ ਚਾਹੀਦੇ। ਮੈਂ ਸਮਝਦਾ ਕਿ ਪੀਸ ਆਫ ਵੇ ਬਣਨਾ, ਸ਼ਾਂਤੀ ਦਾ ਰਸਤਾ ਬਣਨਾ, ਗੁਰੂ ਸਾਹਿਬ ਨੇ ਜੇ ਕੁਝ ਕਰਵਾ ਰਹੇ ਨੇ ਔਰ ਇਹ ਸ਼ਾਂਤੀ ਬਣੇਗੀ ਦੋਨਾਂ ਮੁਲਕਾਂ ਦੇ ਵਿੱਚ, ਮੈਨੂੰ ਆਸਥਾ ਇਸ ਗੱਲ ਦੀ, ਔਰ ਦ੍ਰਿੜਤਾ ਦੇ ਨਾਲ ਲਾਗੂ ਹੋਣਾ ਚਾਹੀਦਾ, ਕਿਉਂਕਿ ਕੁਛ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ, ਜਿਨ੍ਹਾਂ ਨੂੰ ਭਾਰਤ ਪਾਕਿਸਤਾਨ ਦੇ ਵਿੱਚ ਸ਼ਾਂਤੀ ਪਸੰਦ ਨਹੀਂ ਆਉਂਦੀ, ਜਿਨ੍ਹਾਂ ਨੂੰ ਸਾਡੀ ਤਰੱਕੀ ਪਸੰਦ ਨਹੀਂ ਗੀ, ਉਹਨਾਂ ਲੋਕਾਂ ਤੋਂ ਸਾਨੂੰ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ, ਤਗੜੇ ਹੋ ਕੇ ਉਹਨਾਂ ਦਾ ਮੁਕਾਬਲਾ ਕਰਕੇ ਇਹ ਰਸਤਾ ਦ੍ਰਿੜਤਾ ਦੇ ਨਾਲ ਖੋਲ੍ਹਣਾ ਚਾਹੀਦਾ ਹੈ।